ਨਿਰਮਲ ਕੁਟੀਆ ਛੰਬਾਲੀ ਪੰਡਵਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 595ਵਾਂ ਪ੍ਰਕਾਸ਼ ਪੁਰਬ ਪੂਰਨ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਗੁਰਚਰਨ ਸਿੰਘ ਪੰਡਵਾ ਨੇ ਦੱਸਿਆ ਕਿ ਨਿਰਮਲ ਕੁਟੀਆ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ 595ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਜਥਿਆਂ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਅਤੇ ਉਪਦੇਸ਼ ਸੁਣਾ ਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਤਪ ਸਥਾਨ ਨਿਰਮਲ ਕੁਟੀਆ ਛੰਬਾਲੀ ਪਿੰਡ ਪੰਡਵਾ ਵਿਖੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 559ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਦੇ ਨਾਲ ਜੋ ਮਨਾਇਆ ਗਿਆ ਹੈ। ਇਹਨਾਂ ਸਮਾਗਮਾਂ ਦੇ ਵਿੱਚ ਰਾਗੀ ਢਾਡੀ ਕੀਰਤਨੀ ਹੈ ਕਥਾਵਾਚਕ ਪਹੁੰਚੇ ਹਨ। ਉਹਨਾਂ ਨੇ ਮਹਾਂਪੁਰਸ਼ਾਂ ਨੇ ਅਤੇ ਸੰਗਤਾਂ ਨੂੰ ਹਰੀ ਜਸ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਮੈਸੇਜ ਸੀ, ਜੋ ਗੁਰੂ ਨਾਨਕ ਦੇਵ ਮਹਾਰਾਜ ਦੱਸਿਆ ਹੋਇਆ ਮਾਰਗ ਸੀ, ਉਸ ਸਤ ਕਰਤਾਰ ਦੇ ਨਾਲ ਰੂਹਾਨੀਅਤ ਦੇ ਨਾਲ ਮਹਾਂਪੁਰਸ਼ਾਂ ਨੇ ਗੁਰੂ ਕੀ ਜਥਿਆਂ ਨੇ ਜੋੜਨਾ ਕੀਤਾ ਹੈ ਜੀ। ਔਰ ਇਸ ਸਮਾਗਮਾਂ ਦੇ ਜਿਤਨੀਆਂ ਵੀ ਸੰਗਤਾਂ ਦੂਰੋਂ ਧਨੇਟੋਂ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚੋਂ ਜਿਤਨੀਆਂ ਵੀ ਸੰਗਤਾਂ ਆਈਆਂ ਹਨ, ਦਾਸ ਆਪਣੇ ਵੱਲੋਂ ਤਪ ਸਥਾਨ ਨਿਰਮਲ ਕੁਟੀਆ ਵੱਲੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਜੋ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਸੰਸਾਰ ਦੇ ਵਿੱਚ ਰਹਿਣ ਦਾ ਢੰਗ ਅਤੇ ਤਰੀਕਾ ਦੱਸਿਆ, ਸੁਖਾਲਾ ਮਾਰਗ ਦੱਸਿਆ, ਉਹਨੂੰ ਅਸੀਂ ਵੱਧ ਤੋਂ ਵੱਧ ਅਪਣਾਉਣਾ ਕਰੀਏ ਔਰ ਸਾਡੇ ਜੀਵਨ ਦੇ ਵਿੱਚ ਕਦੇ ਮੁਸ਼ਕਲ ਨਹੀਂ ਆਵੇਗੀ। ਵਾਹਿਗੁਰੂ ਦਾ ਸਿਮਰਨ ਕਰੋ, ਸਿਮਰਨ ਕਰਦਿਆਂ ਕਦੇ ਵੀ ਤੁਹਾਨੂੰ ਤੱਤੀ ਵਾਓ ਨਹੀਂ ਲੱਗੇਗੀ। ਪਰਮਾਤਮਾ ਨਾਲ ਜੁੜੋ ਅਤੇ ਕਲਯੁਗ ਦੇ ਸਮੇਂ ਤੋਂ ਅਸੀਂ ਤੁਹਾਨੂੰ ਬਚਣ ਦਾ ਬਹੁਤ ਵਧੀਆ ਵਾਹਿਗੁਰੂ ਨੇ ਇਹ ਤਰੀਕਾ ਦਿੱਤਾ ਹੈ। ਮੈਂ ਸਾਰੀਆਂ ਸੰਗਤਾਂ ਦਾ ਫਿਰ ਇੱਕ ਵਾਰ ਦਿਲ ਦੀ ਗਹਿਰਾਈਆਂ ਧੰਨਵਾਦ ਕਰਦਾ ਹੋਇਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।